ਜਦੋਂ ਅਸੀਂ ਇਤਿਹਾਸਿਕ ਅਸਥਾਨਾਂ ਤੇ ਜਾਂ ਪੁਰਾਤਨ ਗ੍ਰੰਥਾਂ ਵਿੱਚੋਂ ਤਾਰੀਖ ਪੜ੍ਹਦੇ ਹਾਂ ਉੱਥੇ ਸੰਮਤ ਵਿੱਚ ਲਿਖਿਆ ਹੁੰਦਾ ਹੈ ਜੋ ਬਹੁਤੇ ਲੋਕਾਂ ਨੂੰ ਸਮਝ ਨਹੀਂ ਆਉਂਦਾ। ਇਸ ਨੂੰ ਸਮਝਣ ਦਾ ਢੰਗ ਹੁੰਦਾ ਹੈ ਕਿ ਜਿੰਨੀ ਵੀ ਸੰਮਤ ਲਿਖੀ ਹੋਵੇ ਉਸ ਵਿੱਚੋਂ 57 ਸਾਲ ਘਟਾ ਦਿਓ, ਤੁਹਾਡੇ ਕੋਲ ਉਹ ਸਮਾਂ ਸੰਨ ਦੇ ਵਿੱਚ ਆ ਜਾਵੇਗਾ। ਸੰਮਤ 57 ਸਾਲ ਅੱਗੇ ਚੱਲਦਾ ਹੈ ਆਮ ਸੰਨ ਨਾਲੋਂ। ਉਦਾਹਰਣ ਲਈ, ਜੇਕਰ ਅਸੀਂ 1756 ਸੰਮਤ ਨੂੰ ਸੰਨ ਵਿੱਚ ਬਦਲਣਾ ਹੋਵੇ ਤਾਂ ਅਸੀਂ 1756 ਵਿੱਚੋਂ 57 ਨੂੰ ਘਟਾਵਾਂਗੇ ਤਾਂ ਸਾਡੇ ਕੋਲ 1699 ਸੰਨ ਆ ਜਾਵੇਗਾ। ਧੰਨ